हाँ जी, मैं ना अज के विचार तो शुरू करूंगा जी, जी क्योंकि मैनू लगता भी साढ़े को डायरेक्टर साहब कोई विचारों की कमी नहीं है। जी अज का विचार साड़ी मंग से तुम नमाणी जी मंग से बहुत वधिया तरीके पेश कर लग गए। मतलब मैडम कुलविंदर बुट्टर जी बड़ी मिठी मिठास भरी आवाज के पेश करते हैं, बहुत चंगा लगता। पर मैं लगता भी उही 8-10 विचार आ जिहड़े दोबारा दोबारा रिपीट हो रहे हैं। दोबारा रिपीट हो रहा है। वैसे अज की डेट के विच साढ़े कोल जिहड़े विचार बहुत हो गए आ, 35-40 तो ज़्यादा 50 के करीब रिकॉर्ड चंगे होए हुए है जी। तो असी सोच रहे थे कि अच्छे ढंग के नाल विजुअल प्रेजेंटेशन की जाए, अदरवाइज चार्ट बना के बोल देना जी वो साडा पूरा मकसद नहीं है, लेकिन उस तरह भी कर रहे हैं। हाँ जी। और तुसी सानू याद कराते रहोगे तो गिनती वधी जाएगी। हाँ जी, वो मैं देखदा तकरीबन उही उही रिपीट हो जांदा हुण आने वाले टाइम च घट जाएंगे। ये तो तुसी दूरदर्शन वालों इस प्रोग्राम तैयार करना, कृपा करके इहदे बारे जरूर ध्यान दिओ जी। तो खबरों के स्क्रॉल पट्टी के निक्कियां निक्कियां गलतियां पंजाबी दीआं हुण भी हुंदियां जी 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 जी, उहदे वल भी जरूर ध्यान दिओ जी। तो एक देखो साडा बहुत ही पसंदीदा साडे देहाती लोगों का खास करके गल्लां ते गीत बड़ा पसंदीदा प्रोग्राम आ। कोई भी जदों उहदे विच धार्मिक विचारां वाला प्रोग्राम हुंदा किसी भी तरह का, जिहड़े एंकर साहिबान आ कृपा करके अपना सिर वगैरह ढकिया होवे, जां साडे देखो दूरदर्शन जिहड़ा पंजाबी आ, साडे पंजाबी पहरावे नूं साडे सभ्याचार नूं साडी विरासत नूं मतलब प्रफुल्लित कर रिहा, किन्ना चंगा होवे अगर पंजाबी सूट साडियां उह भैणां ਦੇ ਪੰਜਾਬੀ ਸੂਟ ਪਾਏ ਹੁਣ ਸਾਡੇ ਸੱਭਿਆਚਾਰ ਨੂੰ, ਕਿਉਂਕਿ ਇਹ ਦੂਰਦਰਸ਼ਨ ਪੰਜਾਬੀ ਦਾ ਚੈਨਲ ਹੈ ਜੀ, ਇਸ ਕਰਕੇ ਪੰਜਾਬੀ ਪਹਿਰਾਵਾ ਵੀ ਹੋਏਗਾ ਤਾਂ ਬਹੁਤ ਅੱਛਾ ਲੱਗੇਗਾ ਜੀ। ਜੀ ਅੱਛਾ ਜੀ, ਮੈਂ ਗੱਲ ਲਿਸ਼ਕਾਰੇ ਦੀ ਵੀ ਕਰੂੰਗਾ, ਚਲੋ ਆਪਾਂ ਹੁੱਲੇ ਹਿਲਾ ਰਹੀ ਆ, ਬਹੁਤ ਵਧੀਆ ਪ੍ਰੋਗਰਾਮ ਆ, ਅਸੀਂ ਉਹਨੂੰ ਪਸੰਦ ਕਰਦੇ ਹਾਂ। ਤੁਸੀਂ ਇੱਕ ਪ੍ਰੋਗਰਾਮ ਸਤਰੰਗੀ ਚਲਾਤਾ ਜੀ, ਬਹੁਤ ਵਧੀਆ ਪ੍ਰੋਗਰਾਮ ਆ, ਸਾਡੇ ਪੇਂਡੂ ਲੋਕਾਂ ਦੀ ਬਹੁਤ ਪਸੰਦ ਆ, ਕਿਉਂਕਿ ਉਹ ਕਮੇਡੀ ਭਰਪੂਰ ਪ੍ਰੋਗਰਾਮ ਆ ਜੀ। ਜਿਹੜਾ ਤੁਹਾਡਾ ਹੁੱਲੇ ਹਿਲਾਰੇ ਪ੍ਰੋਗਰਾਮ ਆ ਇਹਦਾ ਸਮਾਂ ਘੱਟ ਆ, ਇਹਦਾ ਸਮਾਂ ਵਧਾ ਕੇ ਕਮੇਡੀ ਇਹਦੇ ਵਿੱਚ ਪਾ ਦਿਓ, ਇਹਨੂੰ ਤੁਸੀਂ ਜਿੱਥੇ ਤੁਹਾਡਾ 25 ਮਿੰਟ ਚੱਲਦਾ ਇਹਨੂੰ 45 ਮਿੰਟ ਕਰ ਦਿਓ, ਘੰਟਾ ਕਰ ਦਿਓ, ਉਹ ਸਤਰੰਗੀ ਨੂੰ ਕਵਰ ਕਰ ਲਓ। ਅੱਛਾ, ਜਿਹਦੇ ਵਿੱਚ ਸਤਰੰਗੀ ਦੇ ਵਿੱਚ ਇੱਕ ਤੁਸੀਂ ਬਹੁਤ ਵਧੀਆ ਕੀਤਾ, ਜਿਹੜੇ ਕੋਈ ਮੱਲਾਂ ਮਾਰਦੇ ਆ ਉਹਨਾਂ ਨੂੰ ਤੁਸੀਂ ਉਹਦੇ 'ਚ ਪੇਸ਼ ਕਰਨ ਲੱਗ ਗਏ ਜੀ। ਜੀ ਉਹਨੂੰ ਆਪਣੇ ਕੋਲ ਹੋਰ ਬਹੁਤ ਪ੍ਰੋਗਰਾਮ ਆ ਜਿਹਦੇ ਵਿੱਚ ਆਪਾਂ ਜਿਹੜੇ ਇਸ ਤਰ੍ਹਾਂ ਦੀਆਂ ਕੋਈ ਮੱਲਾਂ ਮਾਰਦਾ ਬੰਦਾ ਉਹਨੂੰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਪੇਸ਼ ਕਰ ਲਈਏ। ਠੀਕ ਹੈ ਜੀ। ਹਾਂਜੀ, ਇਹ ਹੋਣਾ ਚਾਹੀਦਾ। ਇੱਕ ਤੁਹਾਡਾ ਖੂਬਸੂਰਤ ਪ੍ਰੋਗਰਾਮ ਆ, ਵੈਸੇ ਮੈਂ ਗੱਲ ਤਾਂ ਮੈਂ ਲੇਡੀ ਜੀ ਨੇ ਮੈਨੂੰ ਕਹੀ ਆ ਅਤੇ ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਲੇਡੀਜ਼ ਆਉਂਦੀਆਂ ਉਹ ਸਾਨੂੰ ਇਸ DD ਪੰਜਾਬੀ 'ਤੇ ਜਿਹੜਾ ਤੁਸੀਂ ਸਾਨੂੰ ਪਲੇਟਫਾਰਮ ਦਿੱਤਾ, ਰਾਬਤਾ, ਵਿਸ਼ੇਸ਼ ਰਾਬਤਾ, ਮਹਾਰਾਬਤਾ, ਉਹ ਸਾਨੂੰ ਦੇਖਦੀਆਂ, ਉਹ ਮਤਲਬ ਪ੍ਰੋਗਰਾਮਾਂ ਨੂੰ ਵੀ ਦੇਖਦੇ ਆ, ਜਿਹੜਾ ਖੂਬਸੂਰਤ ਪ੍ਰੋਗਰਾਮ ਆ, ਬਹੁਤ ਵਧੀਆ ਪ੍ਰੋਗਰਾਮ ਆ, ਉਹ ਕਹਿੰਦੇ ਵੀ ਜਿਹੜਾ ਉੱਥੇ ਪ੍ਰੋਮੋ ਦਿਖਾਇਆ ਜਾਂਦਾ, ਤਸਵੀਰ ਜੀ ਦਿਖਾਈ ਜਾਂਦੀ ਆ ਲੇਡੀ ਦੀ, ਉਹ ਵਧੀਆ ਨਹੀਂ ਲੱਗਦੀ, ਉਹਨੂੰ ਮਤਲਬ ਵਧੀਆ ਤਰੀਕੇ ਨਾਲ ਉੱਥੇ ਮਤਲਬ ਲਗਾਇਆ ਜਾਵੇ ਜੀ। ਠੀਕ ਹੈ ਜੀ। ਇੱਕ ਛੋਟੀਆਂ ਛੋਟੀਆਂ ਜਿਵੇਂ ਦੇਖੋ ਤੁਸੀਂ ਪਬਲਿਕ ਟਾਈਮ ਪ੍ਰਸਾਰਿਤ ਕਰਦੇ ਹੋ, ਪਬਲਿਕ ਟਾਈਮ ਮੰਗਲਵਾਰ ਨੂੰ ਪ੍ਰੋਗਰਾਮ ਚੱਲ ਜਾਂਦਾ, ਬੁੱਧਵਾਰ ਨੂੰ ਜਦੋਂ ਤੁਸੀਂ ਰਿਪੀਟ ਕਰਨਾ ਹੁੰਦਾ ਮਗਰੋਂ ਛੁਰਲੀਆਂ ਚੱਲਣਾ ਹੁੰਦਾ, ਉਹ ਉਹਦੇ 'ਚੋਂ ਪ੍ਰੋਗਰਾਮ ਨੂੰ ਤੁਸੀਂ ਕੱਟ ਦਿੰਦੇ ਹੋ, ਥੋੜ੍ਹਾ ਜਿਹਾ ਪ੍ਰੋਗਰਾਮ ਲਾਜ਼ਮੀ ਕੱਟਿਆ ਜਾਂਦਾ। ਕਿਰਪਾ ਕਰਕੇ ਇੱਕ ਜਿਹੜਾ ਤੁਸੀਂ ਮਗਰੋਂ ਸਾਰੀ ਟੀਮ ਜਿੰਨਾ ਉਹਦੇ ਵਿੱਚ ਵਰਕ ਕਰਦੀ ਆ ਉਹਦਾ ਤੁਸੀਂ ਨਾਂ ਦਿੰਦੇ ਹੋ ਸਾਰਿਆਂ ਦੇ, ਮਤਲਬ ਮਤਲਬ ਚਲਾਉਂਦੇ ਹੋ, ਕਿਉਂਕਿ ਦੂਰਦਰਸ਼ਨ ਦਾ ਇੱਕ ਇੱਕ ਸੈਕਿੰਡ ਕੀਮਤੀ ਆ ਜੀ। ਕਿਰਪਾ ਕਰਕੇ ਉਹ ਥੱਲੇ ਸਕਰੋਲ ਪੱਟੀ ਨਾਲ ਜੇ ਸਾਰਿਆਂ ਦੇ ਨਾਂ ਦਿੱਤੇ ਜਾਣ ਤਾਂ ਵਧੀਆ ਨਹੀਂ ਹੋਵੇਗਾ, ਉਧਰੋਂ ਪ੍ਰੋਗਰਾਮ ਵੀ ਚੱਲੀ ਜਾਂਦਾ ਥੱਲੇ ਸਕਰੋਲ, ਕਿਉਂਕਿ ਮੈਂ ਦੂਰਦਰਸ਼ਨ MP ਦੇਖਦਾ, ਉਹ ਜਦੋਂ ਵੀ ਮਤਲਬ ਕੋਈ ਵੀ ਪ੍ਰੋਗਰਾਮ ਦੀ ਸਮਾਪਤੀ ਹੁੰਦੀ ਆ ਥੱਲੇ ਜਿੰਨਾ ਵੀ ਉਹ ਮਤਲਬ ਉਹਦੇ ਟੀਮ ਨੇ ਕੰਮ ਕੀਤਾ ਹੁੰਦਾ ਉਹ 'ਤੇ ਆਪਦਾ ਉਹ ਪੱਟੀ ਚਲਾ ਕੇ ਨਾਂ ਦੇ ਦਿੰਦੇ, ਨਾਲ ਦੀ ਨਾਲ ਪ੍ਰੋਗਰਾਮ ਦੀ ਆਪਦੀ ਸਮਾਪਤੀ ਸਿਖਰਾਂ ਵੱਲ ਜਾ ਹੁੰਦਾ। ਠੀਕ, ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੋਰ ਵੀ ਬਸ ਇਸ ਤਰ੍ਹਾਂ ਹੀ ਆਪਾਂ ਕਰਦੇ ਜਾਵਾਂਗੇ ਜੀ। ਮਿਹਰਬਾਨੀ, ਸ਼ੁਕਰੀਆ। ਬਲਜੀਤ ਸਿੰਘ ਜੀ, ਤੁਹਾਡੇ ਮਨ 'ਚ ਕੀ